ਸਰਦਾਰ ਗੁਰਮੁਖ ਸਿੰਘ ਫੌਜੀ ਨਿਵਾਸੀ ਪਿੰਡ ਸ਼ਮਸ਼ਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਿਸਾਨ ਯੂਨੀਅਨ ਦੇ ਫਤਿਹਗੜ੍ਹ ਸਾਹਿਬ ਪ੍ਰਧਾਨ ਰਹੇ ਨੇ ਅਤੇ ਜਿਨ੍ਹਾਂ ਨੇ ਇੰਡੀਅਨ ਆਰਮੀ ਦੇ ਵਿੱਚ 18 ਰੈਜੀਮੈਂਟ ਵਿੱਚ ਪਹਿਲੇ ਲੰਮਾ ਸਮਾਂ ਮੁਲਕ ਦੀ ਸੇਵਾ ਵੀ ਕੀਤੀ ਹੈ ਜਦੋਂ 1984 ਵਿੱਚ ਇੰਡੀਆ ਦੀ ਮਰਹੂਮ ਇੰਦਰਾ ਗਾਂਧੀ ਵਜ਼ੀਰ ਆਜ਼ਮ ਨੇ ਸਿੱਖਾਂ ਵਿਰੁੱਧ ਮੰਦਭਾਵਨਾ ਰੱਖਦੇ ਹੋਏ ਰੂਸ ਅਤੇ ਬਰਤਾਨੀਆ ਦੇ ਨਾਲ ਮਿਲ ਕੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਬਲੂ ਸਟਾਰ ਦਾ ਫੌਜੀ ਹਮਲਾ ਕੀਤਾ ਤਾਂ ਸਰਦਾਰ ਗੁਰਮੁਖ ਸਿੰਘ ਫੌਜੀ ਜੋ ਕਿ ਉਸ ਸਮੇਂ ਆਰਮੀ ਵਿੱਚ ਬਤੌਰ ਨਾਇਬ ਸੂਬੇਦਾਰ ਦੀ ਸੇਵਾ ਨਿਭਾ ਰਹੇ ਸਨ ਇਸ ਹੋਏ ਆਪਣੇ ਉੱਤੇ ਹਮਲੇ ਦੇ ਦੁੱਖ ਨੂੰ ਨਾ ਸਹਾਰਦੇ ਹੋਏ ਰੋਸ ਵਜੋਂ ਇੰਡੀਅਨ ਆਰਮੀ ਦੀ ਨੌਕਰੀ ਨੂੰ ਲੱਤ ਮਾਰ ਕੇ ਆਪਣੇ ਪਿੰਡ ਆ ਗਏ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਰਦਾਰ ਗੁਰਮੁਖ ਸਿੰਘ ਫੌਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਕਿਸਾਨ ਵਿੰਗ ਦੇ ਜਰਨੈਲ ਨੇ ਜੋ ਬਿਨਾਂ ਕਿਸੇ ਡਰ ਪਏ ਅਤੇ ਉਸ ਗੁਰੂ ਦੇ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹੋਏ ਨਿਰੰਤਰ 36 ਸਾਲਾਂ ਤੋਂ ਕੌਮ ਅਤੇ ਪਾਰਟੀ ਦੀ ਨਿਰਦਤਾ ਦੇ ਨਾਲ ਸੇਵਾ ਕਰਦੇ ਆ ਰਹੇ ਨੇ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਆਪਣੇ ਗ੍ਰਹਿ ਕਿਲ੍ਹਾ ਸਰਦਾਰ ਹਰਨਾਮ ਸਿੰਘ ਵਿਖੇ ਕਿਸਾਨ ਵਿੰਗ ਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੇ ਨਾਲ ਪਹੁੰਚਣ ਉੱਤੇ ਜਿੱਥੇ ਭਰਪੂਰ ਸਵਾਗਤ ਕੀਤਾ ਉੱਥੇ ਸਮੁੱਚੀ PAC ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸਿਰੋਪਾਓ ਅਤੇ ਮੋਮੈਂਟਮ ਦੇ ਕੇ ਸਨਮਾਨਿਤ ਕਰਦੇ ਹੋਏ ਆਪਣੇ ਵਿਚਾਰ ਜ਼ਾਹਰ ਕੀਤੇ ਉਹਨਾਂ ਕਿਹਾ ਕਿ ਸਰਦਾਰ ਗੁਰਮੁਖ ਸਿੰਘ ਨੇ ਸਾਡੀ ਪਾਰਟੀ ਦੇ DDA ਗਰਾਊਂਡ ਬੁਰਾੜੀ ਵਿਖੇ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਅਗਵਾਈ ਵਿੱਚ ਚੱਲ ਰਹੇ ਮੋਰਚੇ ਦੇ ਦੌਰਾਨ ਪੂਰਾ ਸਮਾਂ ਉੱਥੇ ਰਹਿ ਕੇ ਕੇਵਲ ਕਿਸਾਨੀ ਪੱਖ ਨੂੰ ਹੀ ਉਜਾਗਰ ਨਹੀਂ ਕੀਤਾ ਬਲਕਿ ਆਪਣੀ ਫੌਜ ਤੋਂ ਪ੍ਰਾਪਤ ਕੀਤੇ ਗਏ ਤਜਰਬੇ ਦੇ ਅਨੁਸਾਰ ਉੱਥੇ ਕਿਸਾਨੀ ਖਾਲਸਾ ਪਰੇਡ ਕਰਵਾਉਂਦੇ ਹੋਏ ਆਰਮੀ ਲੀਹਾਂ ਉੱਤੇ ਸੈਲਿਊਟ ਕੀਤਾ ਅਤੇ ਇਸ ਮੋਰਚੇ ਵਿੱਚ ਨਵੀਂ ਰੂਹ ਫੂਕਣ ਦੀ ਜ਼ਿੰਮੇਵਾਰੀ ਨਿਭਾਈ ਇਸ ਦੌਰਾਨ ਜਦੋਂ 26 ਜਨਵਰੀ ਨੂੰ ਹਕੂਮਤੀ ਜਬਰ ਸ਼ੁਰੂ ਹੋਇਆ ਤਾਂ ਸਰਦਾਰ ਗੁਰਮੁਖ ਸਿੰਘ ਫੌਜੀ ਨੂੰ ਵੀ ਸਾਡੇ ਬਰਾੜੀ ਕੈਂਪ ਵਿੱਚੋਂ ਕੋਈ 30-35 CRPF ਦੇ ਫੌਜੀ ਜਵਾਨ ਜੋ ਆਧੁਨਿਕ ਹਥਿਆਰਾਂ ਦੇ ਨਾਲ ਲੈ ਸਨ ਉਹਨਾਂ ਨੇ ਆ ਕੇ ਦਬੋਚਿਆ ਅਤੇ ਇਸ 80 ਸਾਲਾ ਆਰਮੀ ਦੀ ਸੇਵਾ ਕਰਨ ਵਾਲੇ ਨਾਇਬ ਸੂਬੇਦਾਰ ਨੂੰ ਬਹੁਤ ਹੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਚੁੱਕ ਕੇ ਲੈ ਗਏ ਇਹਨਾਂ ਨੂੰ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਜਿੱਥੇ ਇਹਨਾਂ ਦੇ ਨਾਲ ਸਾਡੀ ਕਿਸਾਨ ਵਿੰਗ ਦੇ 9 ਹੋਰ ਮੈਂਬਰ ਵੀ ਸਨ ਇੱਥੇ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਇਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਹਕੂਮਤ ਦੀ ਜਬਰ ਜ਼ੁਲਮ ਅੱਗੇ ਸੀਸ ਨਾ ਚੁਕਾਈ ਅਤੇ ਉਹਨਾਂ ਦਾ ਤਸ਼ੱਦਦ ਸਹਿ ਕੇ ਵੀ ਸਿੱਖ ਕੌਮ ਤੇ ਕਿਸਾਨੀ ਆਵਾਜ਼ ਨੂੰ ਬੁਲੰਦ ਕੀਤਾ ਇਹਨਾਂ ਦੀ ਰਿਹਾਈ ਲਈ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੂਮਿਕਾ ਨਿਭਾਈ ਉਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪੰਜਾਬ ਦੇ ਸਮੁੱਚੇ ਕਿਸਾਨ ਮਜ਼ਦੂਰ ਧੰਨਵਾਦੀ ਨੇ ਅਤੇ ਉਮੀਦ ਕਰਦੇ ਹਾਂ ਕਿ ਜਿੰਨੀਆਂ ਵੀ ਹੋਰ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਦੀ ਰਿਹਾਈ ਵੀ ਇਹ ਸਾਡਾ ਦਿੱਲੀ ਦਾ ਕੌਮੀ ਅਦਾਰਾ ਕਾਨੂੰਨਦਾਨ ਬੁੱਧੀਜੀਵੀ ਜਥੇਬੰਦੀਆਂ ਸਭ ਰਲ ਕੇ ਆਪਣਾ ਇਖਲਾਕੀ ਫਰਜ਼ ਨਿਭਾਉਂਦੇ ਹੋਏ ਕਰਨਗੀਆਂ ਅਤੇ ਸੰਘਰਸ਼ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਇਸੇ ਤਰ੍ਹਾਂ ਯੋਗਦਾਨ ਪਾਉਂਦੀਆਂ ਰਹਿਣਗੀਆਂ ਬਿਊਰੋ ਰਿਪੋਰਟ ਆਵਾਜ਼ੀਕੋਮ TV ਸਰਦਾਰ ਗੁਰਮੁਖ ਸਿੰਘ ਫੌਜੀ ਨਿਵਾਸੀ ਪਿੰਡ ਸ਼ਮਸ਼ਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਿਸਾਨ ਯੂਨੀਅਨ ਦੇ ਫਤਿਹਗੜ੍ਹ ਸਾਹਿਬ ਪ੍ਰਧਾਨ ਰਹੇ ਨੇ ਅਤੇ ਜਿਨ੍ਹਾਂ ਨੇ ਇੰਡੀਅਨ ਆਰਮੀ ਦੇ ਵਿੱਚ 18 ਰੈਜੀਮੈਂਟ ਵਿੱਚ ਪਹਿਲੇ ਲੰਮਾ ਸਮਾਂ ਮੁਲਕ ਦੀ ਸੇਵਾ ਵੀ ਕੀਤੀ ਹੈ ਜਦੋਂ 1984 ਵਿੱਚ ਇੰਡੀਆ ਦੀ ਮਰਹੂਮ ਇੰਦਰਾ ਗਾਂਧੀ ਵਜ਼ੀਰ ਆਜ਼ਮ ਨੇ ਸਿੱਖਾਂ ਵਿਰੁੱਧ ਮੰਦਭਾਵਨਾ ਰੱਖਦੇ ਹੋਏ ਰੂਸ ਅਤੇ ਬਰਤਾਨੀਆ ਦੇ ਨਾਲ ਮਿਲ ਕੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਬਲੂ ਸਟਾਰ ਦਾ ਫੌਜੀ ਹਮਲਾ ਕੀਤਾ ਤਾਂ ਸਰਦਾਰ ਗੁਰਮੁਖ ਸਿੰਘ ਫੌਜੀ ਜੋ ਕਿ ਉਸ ਸਮੇਂ ਆਰਮੀ ਵਿੱਚ ਬਤੌਰ ਨਾਇਬ ਸੂਬੇਦਾਰ ਦੀ ਸੇਵਾ ਨਿਭਾ ਰਹੇ ਸਨ ਇਸ ਹੋਏ ਆਪਣੇ ਉੱਤੇ ਹਮਲੇ ਦੇ ਦੁੱਖ ਨੂੰ ਨਾ ਸਹਾਰਦੇ ਹੋਏ ਰੋਸ ਵਜੋਂ ਇੰਡੀਅਨ ਆਰਮੀ ਦੀ ਨੌਕਰੀ ਨੂੰ ਲੱਤ ਮਾਰ ਕੇ ਆਪਣੇ ਪਿੰਡ ਆ ਗਏ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਰਦਾਰ ਗੁਰਮੁਖ ਸਿੰਘ ਫੌਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਕਿਸਾਨ ਵਿੰਗ ਦੇ ਜਰਨੈਲ ਨੇ ਜੋ ਬਿਨਾਂ ਕਿਸੇ ਡਰ ਪਏ ਅਤੇ ਉਸ ਗੁਰੂ ਦੇ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹੋਏ ਨਿਰੰਤਰ 36 ਸਾਲਾਂ ਤੋਂ ਕੌਮ ਅਤੇ ਪਾਰਟੀ ਦੀ ਨਿਰਦਤਾ ਦੇ ਨਾਲ ਸੇਵਾ ਕਰਦੇ ਆ ਰਹੇ ਨੇ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਆਪਣੇ ਗ੍ਰਹਿ ਕਿਲ੍ਹਾ ਸਰਦਾਰ ਹਰਨਾਮ ਸਿੰਘ ਵਿਖੇ ਕਿਸਾਨ ਵਿੰਗ ਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੇ ਨਾਲ ਪਹੁੰਚਣ ਉੱਤੇ ਜਿੱਥੇ ਭਰਪੂਰ ਸਵਾਗਤ ਕੀਤਾ ਉੱਥੇ ਸਮੁੱਚੀ PAC ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸਿਰੋਪਾਓ ਅਤੇ ਮੋਮੈਂਟਮ ਦੇ ਕੇ ਸਨਮਾਨਿਤ ਕਰਦੇ ਹੋਏ ਆਪਣੇ ਵਿਚਾਰ ਜ਼ਾਹਰ ਕੀਤੇ ਉਹਨਾਂ ਕਿਹਾ ਕਿ ਸਰਦਾਰ ਗੁਰਮੁਖ ਸਿੰਘ ਨੇ ਸਾਡੀ ਪਾਰਟੀ ਦੇ DDA ਗਰਾਊਂਡ ਬੁਰਾੜੀ ਵਿਖੇ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਅਗਵਾਈ ਵਿੱਚ ਚੱਲ ਰਹੇ ਮੋਰਚੇ ਦੇ ਦੌਰਾਨ ਪੂਰਾ ਸਮਾਂ ਉੱਥੇ ਰਹਿ ਕੇ ਕੇਵਲ ਕਿਸਾਨੀ ਪੱਖ ਨੂੰ ਹੀ ਉਜਾਗਰ ਨਹੀਂ ਕੀਤਾ ਬਲਕਿ ਆਪਣੀ ਫੌਜ ਤੋਂ ਪ੍ਰਾਪਤ ਕੀਤੇ ਗਏ ਤਜਰਬੇ ਦੇ ਅਨੁਸਾਰ ਉੱਥੇ ਕਿਸਾਨੀ ਖਾਲਸਾ ਪਰੇਡ ਕਰਵਾਉਂਦੇ ਹੋਏ ਆਰਮੀ ਲੀਹਾਂ ਉੱਤੇ ਸੈਲਿਊਟ ਕੀਤਾ ਅਤੇ ਇਸ ਮੋਰਚੇ ਵਿੱਚ ਨਵੀਂ ਰੂਹ ਫੂਕਣ ਦੀ ਜ਼ਿੰਮੇਵਾਰੀ ਨਿਭਾਈ ਇਸ ਦੌਰਾਨ ਜਦੋਂ 26 ਜਨਵਰੀ ਨੂੰ ਹਕੂਮਤੀ ਜਬਰ ਸ਼ੁਰੂ ਹੋਇਆ ਤਾਂ ਸਰਦਾਰ ਗੁਰਮੁਖ ਸਿੰਘ ਫੌਜੀ ਨੂੰ ਵੀ ਸਾਡੇ ਬਰਾੜੀ ਕੈਂਪ ਵਿੱਚੋਂ ਕੋਈ 30-35 CRPF ਦੇ ਫੌਜੀ ਜਵਾਨ ਜੋ ਆਧੁਨਿਕ ਹਥਿਆਰਾਂ ਦੇ ਨਾਲ ਲੈ ਸਨ ਉਹਨਾਂ ਨੇ ਆ ਕੇ ਦਬੋਚਿਆ ਅਤੇ ਇਸ 80 ਸਾਲਾ ਆਰਮੀ ਦੀ ਸੇਵਾ ਕਰਨ ਵਾਲੇ ਨਾਇਬ ਸੂਬੇਦਾਰ ਨੂੰ ਬਹੁਤ ਹੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਚੁੱਕ ਕੇ ਲੈ ਗਏ ਇਹਨਾਂ ਨੂੰ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਜਿੱਥੇ ਇਹਨਾਂ ਦੇ ਨਾਲ ਸਾਡੀ ਕਿਸਾਨ ਵਿੰਗ ਦੇ 9 ਹੋਰ ਮੈਂਬਰ ਵੀ ਸਨ ਇੱਥੇ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਇਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਹਕੂਮਤ ਦੀ ਜਬਰ ਜ਼ੁਲਮ ਅੱਗੇ ਸੀਸ ਨਾ ਚੁਕਾਈ ਅਤੇ ਉਹਨਾਂ ਦਾ ਤਸ਼ੱਦਦ ਸਹਿ ਕੇ ਵੀ ਸਿੱਖ ਕੌਮ ਤੇ ਕਿਸਾਨੀ ਆਵਾਜ਼ ਨੂੰ ਬੁਲੰਦ ਕੀਤਾ ਇਹਨਾਂ ਦੀ ਰਿਹਾਈ ਲਈ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੂਮਿਕਾ ਨਿਭਾਈ ਉਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪੰਜਾਬ ਦੇ ਸਮੁੱਚੇ ਕਿਸਾਨ ਮਜ਼ਦੂਰ ਧੰਨਵਾਦੀ ਨੇ ਅਤੇ ਉਮੀਦ ਕਰਦੇ ਹਾਂ ਕਿ ਜਿੰਨੀਆਂ ਵੀ ਹੋਰ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਦੀ ਰਿਹਾਈ ਵੀ
ਇਹ ਸਾਡਾ ਦਿੱਲੀ ਦਾ ਕੌਮੀ ਅਦਾਰਾ ਕਾਨੂੰਨਦਾਨ ਬੁੱਧੀਜੀਵੀ ਜਥੇਬੰਦੀਆਂ ਸਭ ਰਲ ਕੇ ਆਪਣਾ ਇਖਲਾਕੀ ਫਰਜ਼ ਨਿਭਾਉਂਦੇ ਹੋਏ ਕਰਨਗੀਆਂ ਅਤੇ ਸੰਘਰਸ਼ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਇਸੇ ਤਰ੍ਹਾਂ ਯੋਗਦਾਨ ਪਾਉਂਦੀਆਂ ਰਹਿਣਗੀਆਂ। ਬਿਊਰੋ ਰਿਪੋਰਟ, ਆਵਾਜ਼ੀਕੌਮ ਟੀਵੀ।